ਸਵੇਰੇ ਸਵੇਰੇ ਬੁਲਟ ਦੀ ਲੈ ਕੇ ਜਾਂਦੇ ਆਪਾਂ ਚਾਬੀ, ਅਤੇ ਫਿਰ ਇੱਕ ਹੋਰ ਚਾਬੀ ਚੱਕਣੀ ਪੈਂਦੀ ਹੈ ਕਿਉਂਕਿ ਬੁਲਟ ਦੀ ਬੈਟਰੀ ਹੋ ਗਈ ਡਾਊਨ, ਅਤੇ ਉਹੀ ਬੈਟਰੀ ਨੂੰ ਚਾਰਜ ਕਰਨ ਦੇ ਲਈ ਆਪਾਂ ਯੂਜ਼ ਕਰਦੇ ਹਾਂ ਇਨਵੈਟਰ ਘਰ ਦਾ, ਇਨਵੈਟਰ ਹੁੰਦਾ ਬਾਹਰ ਕਿਉਂਕਿ ਪੈਸੇ ਲੱਗਦੇ, ਅਤੇ ਫਿਰ ਇਸ ਤੋਂ ਬਾਅਦ ਗੱਡੀ ਦੀਆਂ ਸਫਾਈਆਂ ਕਰਦੇ ਹਾਂ ਕਿਉਂਕਿ ਪਿਛਲੀ ਹਨੇਰੀ ਨੇ ਇੰਨੀ ਕੁ ਧੂੜ ਪਾਤੀ ਆ ਗੱਡੀ ਦੇ ਉੱਤੇ, ਮਣ ਮਣ ਧੂੜ ਕਹਿ ਸਕਦੇ ਹਾਂ ਜਿਹਨੂੰ ਆਪਾਂ, ਅਤੇ ਫਿਰ ਅਚਾਨਕ ਹੀ ਸਾਰਾ ਕੰਮ ਸਾਨੂੰ ਵਿੱਚ ਛੱਡਣਾ ਪੈਂਦਾ ਕਿਉਂਕਿ ਅੱਜ ਪਿੰਡ ਦੇ ਵਿੱਚ ਸਬੀਲ ਲੱਗੀ ਹੋਈ ਹੈ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੀ ਕਰਕੇ, ਅਤੇ ਪਿੰਡ ਦੀ ਸਮੂਹ ਸੰਗਤ ਨੇ ਇਹ ਛਬੀਲ ਲਾਈ ਹੈ, ਦਿਲੋਂ ਧੰਨਵਾਦ ਆ ਸਾਰੇ ਪਿੰਡ ਦਾ ਅਤੇ ਜਿਹੜੇ ਇਹੋ ਜਿਹੇ ਉਪਰਾਲੇ ਕਰਦੇ ਰਹਿੰਦੇ ਨੇ, ਅਤੇ ਇਸ ਤੋਂ ਬਾਅਦ ਫਿਰ ਆਪਾਂ ਸਮਾਨ ਲੈ ਕੇ ਮੋਟਰ ਦਾ ਗਰਿੱਪ ਗਰੁੱਪ ਤੇਲ ਤੂਲ ਲੈ ਕੇ ਪਹੁੰਚ ਜਾਂਦੇ ਹਾਂ ਖੇਤ ਜਿੱਥੇ ਗੌਰੀ ਹੋਰਾਂ ਪਾ ਰਹੇ ਨੇ ਮੋਟਰ। ਬੀਤੇ ਦਿਨ ਆਪਾਂ ਨੇ ਜਿਹੜੀ ਇਹ ਮੋਟਰ ਕੱਢੀ ਸੀ ਇਹਦਾ ਕੰਮ ਕਰਾਇਆ ਗਾ, ਅਤੇ ਫਿਰ ਆਪਾਂ ਫਾਈਨਲੀ ਲੈ ਕੇ ਆਪਣਾ ਰੋਇਲ ਇਨਫੀਲਡ ਆ ਜਿਹਨੂੰ ਮੈਂ ਉਲਝ ਜਾਂਦਾ ਖੇਤ ਜਾਂਦੇ ਹਾਂ, ਅਤੇ ਇੱਕ ਪਲ 'ਚ ਮੌਸਮ ਬਦਲ ਜਾਂਦਾ, ਜਜ਼ਬਾਤ ਵੱਧ ਜਾਂਦੇ ਨੇ, ਹਾਲਾਤ ਵੱਧ ਜਾਂਦੇ ਨੇ, ਉਹਨਾਂ ਏਰੀਆਂ ਜਾਣ ਏਰੀਆਂ ਬਾਜੂ ਆ।